लिंग की जांच करन गर्भपात करन वाले नकली सेंटर दा पर्दाफाश किया गया। उत्थे यार एमपी डॉक्टर पति पत्नी समेत तीनों गिरफ्तार किया। दस दे कि सेहत अते परिवार भलाई मंत्री डॉक्टर बलवीर सिंह दे हुक्म अनुसार सेहत विभाग लुधियाणा ते बठिंडा दीआं टीमां वल्लों रॉयल इनक्लेव नेड़े आदेश अस्पताल ਭੁੱਜੋ ਮੰਡੀ ਬਠਿੰਡਾ ਵਿਖੇ ਇੱਕ ਘਰ ਵਿੱਚ ਛਾਪੇਮਾਰੀ ਕੀਤੀ ਗਈ ਸੀ, ਜਿੱਥੇ ਕਿ ਗੁਰਮੇਲ ਸਿੰਘ ਜੋ ਕਿ ਆਪਣੇ ਆਪ ਨੂੰ ਆਰ ਐਮ ਪੀ ਡਾਕਟਰ ਦੱਸਦਾ ਸੀ ਅਤੇ ਉਸਦੀ ਪਤਨੀ ਬਿੰਦਰ ਕੌਰ ਦੂਜਾ ਨਾਮ ਕੁਲਵਿੰਦਰ ਕੌਰ ਨਾਲ ਡਿਕਾਏ ਰਾਹੀਂ ਲਿੰਗ ਨਿਰਧਾਰਨ ਟੈਸਟ ਬਾਬਤ ਸੰਪਰਕ ਕੀਤਾ ਗਿਆ ਅਤੇ ਬਾਅਦ ਵਿੱਚ ਮੌਕੇ ਤੇ ਛਾਪੇਮਾਰੀ ਕਰਕੇ ਘਰ ਦੇ ਅੰਡਰਗਰਾਊਂਡ ਕਮਰੇ ਵਿੱਚੋਂ ਬਾਹਰ ਕੱਢਿਆ ਗਿਆ। ਇਸੇ ਬਾਬਤ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਤੇਜਵਰ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਦੋਸ਼ੀਆਂ ਦੀ ਮੌਜੂਦਗੀ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਿਸ ਸੁਰੱਖਿਆ ਹੇਠ ਘਰ ਦੀ ਤਲਾਸ਼ੀ ਦੌਰਾਨ 30 ਲੱਖ ਦੇ ਕਰੀਬ ਨਕਦੀ, ਬੱਚਿਆਂ ਦੀ ਗੋਦਨਾਮੇ ਸੰਬੰਧੀ ਐਫੀਡੈਫਿਟ, ਲਿੰਗ ਨਿਰਧਾਰਨ ਕਰਨ ਵਾਲੇ ਔਜ਼ਾਰ ਅਤੇ ਗਰਭਪਾਤ ਕਰਨ ਵਾਲੇ ਔਜ਼ਾਰ ਬਰਾਮਦ ਹੋਏ ਹਨ, ਜਿਸ ਦੇ ਆਧਾਰ 'ਤੇ ਗੁਰਮੇਲ ਸਿੰਘ ਅਤੇ ਉਸਦੀ ਪਤਨੀ ਬਿੰਦਰ ਕੌਰ ਤੇ ਇੱਕ ਟਾਊਟ ਰਜਿੰਦਰ ਸਿੰਘ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਦੋਸ਼ੀਆਂ ਖਿਲਾਫ ਸਿਹਤ ਵਿਭਾਗ ਵੱਲੋਂ PNDT ਐਕਟ ਦੀਆਂ 3A 6 5 1 A ਤੇ 29 MTP ਐਕਟ ਦੀਆਂ 4 5 6 ਤਹਿਤ ਅਤੇ ਧਾਰਾ 370A 420 IPC ਦੇ ਤਹਿਤ ਥਾਣਾ ਕੈਂਟ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਮੈਂ ਡਾਕਟਰ ਸੁਖਜਿੰਦਰ ਸਿੰਘ ਗਿੱਲ, ਡਿਸਟ੍ਰਿਕਟ ਫੈਮਿਲੀ ਪਰਿਵਾਰ ਭਲਾਈ ਅਫਸਰ। ਕੱਲ ਇੱਕ ਲੁਧਿਆਣੇ ਤੋਂ ਟੀਮ ਆਈ ਸੀਗੀ PNDT ਐਕਟ ਦੇ ਅੰਡਰ ਰੇਡ ਕਰਨ ਵਾਸਤੇ। ਉਸ ਸੰਬੰਧੀ ਸਾਡੀ ਟੀਮ ਜਿਹੜੀ ਆ PNDT ਸੈੱਲ ਦੀ, ਉਸ 'ਚ ਮੈਂ, ਡਾਕਟਰ ਅਲਕਾ ਅਤੇ ਸਾਡੇ ਹੋਰ ਮੁਲਾਜ਼ਮ ਬੰਦੇ ਅਸੀਂ ਗਏ ਸੀਗੇ, ਨਾਲ ਪੁਲਿਸ ਦੇ ਮੁਲਾਜ਼ਮ ਲਏ ਅਤੇ ਉਹ ਪੁੱਛੋ ਮੰਡੀ ਦੇ ਕੋਲ ਜਿਹੜੀ ਰੋਇਲ ਨਿਕਲੇ ਵਾ ਉੱਥੇ ਕੋਠੀ ਸੀਗੀ, ਉਸ ਕੋਠੀ ਦੇ ਵਿੱਚ ਰੇਡ ਕੀਤੀ ਉਹਨਾਂ ਵੱਲੋਂ ਅਤੇ ਅਸੀਂ ਉਸ ਦੇ ਵਿੱਚ ਸ਼ਾਮਿਲ ਸੀਗੇ। ਉਸ ਰੇਡ ਦੇ ਵਿੱਚ ਇੱਕ ਆਪਣਾ RMP ਆਪਣੇ ਆਪ ਨੂੰ ਕਲਾਉਂਦਾ ਗੁਰਮੇਲ ਸਿੰਘ, ਜੋ ਕਿ ਪੁਰਾਣਾ ਚੱਕਫਤਿਹ ਸਿੰਘ ਵਾਲਾ ਰਹਿਣ ਵਾਲਾ ਸੀਗਾ ਅਤੇ ਇੱਥੇ ਆਪਦਾ ਮਕਾਨ ਸੀ ਉਹਦਾ, ਉਹਦੀ ਪਤਨੀ ਬਿੰਦਰ ਕੌਰ ਜਾਂ ਔਰ ਪਲਾਇਸ ਕੁਲਵਿੰਦਰ ਕੌਰ ਵੀ ਆ, ਉਹ ਦੋਹੇ ਜਿਹੜੇ ਹੈਗੇ ਉਹ ਟ੍ਰੇਨਡ ਆਈ ਆਪਣੇ ਆਪ ਨੂੰ ਕਲਾਉਂਦੀ ਸੀ। ਇਹ ਦੋਹਾਂ ਜਿਹੜੇ ਗੈਰ ਕਾਨੂੰਨੀ ਤੌਰ 'ਤੇ ਅਬੋਰਸ਼ਨ ਲਿੰਗ ਦਾ ਟੈਸਟ ਕਰਵਾਉਂਦੇ ਸੀਗੇ ਅਤੇ ਬਾਅਦ 'ਚ ਅਬੋਰਸ਼ਨ ਕਰਦੇ ਸੀ। ਇਸ ਸੰਬੰਧੀ ਜਿਹੜੀ ਹੈਗੀ ਆ ਲੁਧਿਆਣਾ ਟੀਮ ਨੇ ਰੇਡ ਕੀਤੀ ਸੀ, ਉਸ ਦੇ ਵਿੱਚ ਜਦੋਂ ਉਹਨਾਂ ਤੋਂ ਸਰਚ ਕੀਤਾ ਗਿਆ ਘਰ, ਉਸ ਦੇ ਵਿੱਚ ਘਰ ਦੇ ਵਿੱਚ ਸਾਨੂੰ ਅਬੋਰਸ਼ਨ ਕਰਨ ਵਾਲਾ ਸਮਾਨ ਸਾਰਾ ਅਤੇ ਜਿਹੜੇ ਹੈਗੇ ਆ ਬੱਚਿਆਂ ਦੇ ਕੁਛ ਕੱਪੜੇ, ਨਵਜੰਮੇ ਬੱਚਿਆਂ ਦੇ ਨਵੇਂ ਕੱਪੜੇ ਔਰ ਤਕਰੀਬਨ ਜਿਹੜਾ ਕੈਸ਼ ਜਿਹੜਾ ਹੈਗਾ ਉਹ 30,04,000 ਉਹ ਮਿਲਿਆ, ਜਿਸ ਦੇ ਅਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਕੁਛ 5 ਐਫੀਡੈਵਿਟ ਲਿਖੇ ਵੇ, ਜਿਹਦੇ ਵਿੱਚ ਇਹ ਦੱਸਿਆਉਂਦਾ ਸੀਗਾ ਕਿ ਵੀ ਆਪਸ ਰਜਾਮੰਦੀ ਨਾਲ ਗੋਦ ਨਾਮਾ ਕੀਤਾ ਗਿਆ ਸੀਗਾ, ਜੋ ਕਿ ਮਤਲਬ ਕਿ ਉਹ ਅਤੇ 5 ਜਿਹੜੇ ਐਫੀਡੈਵਿਟ ਬਿਨਾਂ ਨਾਮ ਦੇ ਸਾਈਨਡ ਸੀਗੇ ਉਹ ਉੱਥੋਂ ਮਿਲੇ ਅਤੇ ਇਹ ਜਿਹੜੇ ਸਾਰੇ ਦਸਤਾਵੇਜ਼ ਅਤੇ ਸਬੂਤ ਅਸੀਂ ਜਿਹੜੇ ਹੈਗੇ ਆ ਆਪਣੇ ਪੁਲਿਸ ਨੂੰ ਤਰਜੀਹ ਕਰਕੇ ਔਰ ਇਹਨਾਂ ਦੋਹਾਂ ਦੇ ਨਾਲ ਇੱਕ ਜਿਹੜਾ ਵਿੱਚ ਟੌਟ ਜਿਹੜਾ ਸੀਗਾ ਰਜਿੰਦਰ ਸਿੰਘ ਉਹ ਬੰਦਾ ਜਿਹੜਾ ਹੈਗਾ ਉਹ ਵੀ ਫੜਿਆ। ਇਹ 3 ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਕੰਪਲੇਂਟ ਦੇ ਉਤਾਰ 'ਤੇ FIR ਦਰਜ ਕਰਵਾ ਕੇ ਇਹਨਾਂ ਦੀ ਪੁਲਿਸ ਨੂੰ ਫੜਾਤਾ ਹੈਗਾ। ਟਾਊਟ ਦਾ ਰੋਲ ਜਿਹੜਾ ਹੈਗਾ ਉਹ ਮਤਲਬ ਇਹਨਾਂ ਜਿਹੜੇ ਪੇਸ਼ੈਂਟ ਜਿਹੜੇ ਸੀਗੇ ਜਾਂ ਡਕੋਏ ਪੇਸ਼ੈਂਟ ਸੀਗਾ ਉਹਨਾਂ ਨੂੰ ਉੱਥੇ ਤਾਂ ਲੈ ਕੇ ਗਿਆ ਸੀਗਾ ਅਤੇ ਪੈਸੇ ਜਿਹੜੇ ਹੈਗਾ ਉਹਨਾਂ ਨੇ ਜੋ ਉਹਨਾਂ ਦਾ ਸੌਦਾ ਕੀਤਾ ਸੀ 50,000 'ਚ ਉਹ ਉਹਨਾਂ ਨੇ ਉਹਨਾਂ ਨਾਲ ਉਹ ਲੈ ਕੇ ਉਹਨਾਂ ਨੇ ਫੜਾਏ ਸੀ। ਇਸ ਸੰਬੰਧੀ ਤਾਂ ਤਸਵੀਰ ਪੁਲਿਸ ਕਰੇਗੀ। ਇਹ ਜਿਹੜੇ ਦਸਤਾਵੇਜ਼ ਇਹ ਸ਼ੋਅ ਕਰਦੇ ਆ ਕਿ ਵੀ ਆਪਸੀ ਰਜਾਮੰਦੀ ਨਾਲ ਇੱਕ ਦੂਜੇ ਨੂੰ ਪੈਸੇ ਬੱਚਿਆਂ ਦੀ ਲੈਣ ਦੇਣ ਕੀਤਾ ਗਿਆ, ਉਸ ਦੇ ਬਾਰੇ ਪੁਲਿਸ ਜਿਹੜਾ ਹੈਗਾ ਉਹ ਤਸਵੀਸ਼ ਕਰਕੇ ਜਿਹੜੀ ਬਣਦਾ ਕਾਰਵਾਈ ਕਰੇਗੀ। ਅਸੀਂ ਇਹ ਮਤਲਬ ਉਹਨਾਂ ਨੂੰ ਰਿਕਮੈਂਡ ਕੀਤਾ। ਬਠਿੰਡਾ ਤੋਂ ਜਸਕਰਨ ਮੀਤ ਦੀ ਰਿਪੋਰਟ, ਦਾ ਸਮਰ ਨਿਊਜ਼।